ਦੇ ਕੇ ਨਜ਼ਰ ਮਾਰਦੇ ਹਾਂ। ਕੁਝ ਦਿਨ ਪਹਿਲਾਂ ਲੱਖਾ ਸਜਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ। ਇਸ ਦੌਰਾਨ ਉਸ ਤੇ ਤਸ਼ੱਦਦ ਕਰਨ ਦਾ ਇਲਜ਼ਾਮ ਹੁਣ ਦਿੱਲੀ ਪੁਲਿਸ ਤੇ ਲੱਗ ਰਿਹਾ ਹੈ। ਇਸ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਸੋਮਵਾਰ ਨੂੰ ਗੁਰਦੀਪ ਦੇ ਬਿਆਨ ਦਰਜ ਕੀਤੇ, ਪਰ ਇਸ ਦੌਰਾਨ ਵੀ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਕਿਉਂਕਿ ਬਿਆਨਾਂ ਦੇ ਵਿੱਚ ਦਿੱਲੀ ਪੁਲਿਸ ਦਾ ਜ਼ਿਕਰ ਨਹੀਂ ਕੀਤਾ ਸੀ। ਪਰ ਸਮੇਂ ਦੀ ਨਿਯਾਬਤ ਨੂੰ ਦੇਖਦਿਆਂ ਪੁਲਿਸ ਨੇ ਮੁੜ ਬਿਆਨ ਠੀਕ ਕੀਤੇ। ਦੱਸ ਦਈਏ ਕਿ ਪਟਿਆਲਾ ਹਰਮਨ ਸਿੰਘ ਥਾਣੇ ਦੇ ASI ਅਜੈਬ ਸਿੰਘ ਨੇ ਗੁਰਦੀਪ ਸਿੰਘ ਦੇ ਬਿਆਨ ਲਏ ਸੀ। ਕਰੀਬ 2 ਘੰਟੇ ਦੀ ਪੁੱਛਗਿੱਛ ਤੇ ਮਗਰੋਂ ਪੁਲਿਸ ਨੇ ਬਿਆਨ ਦਰਜ ਕੀਤਾ। ASI ਅਜੈਬ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਗੁਰਦੀਪ ਸਿੰਘ ਦੇ ਬਿਆਨ ਦਰਜ ਹੋਣ ਤੋਂ ਬਾਅਦ ਉਦੋਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਗੁਰਦੀਪ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ ਪਟਿਆਲਾ ਪੁਲਿਸ ਨੇ ਦਰਜ ਕੀਤੇ ਬਿਆਨ ਦੇ ਵਿੱਚ ਦਿੱਲੀ ਪੁਲਿਸ ਦਾ ਜ਼ਿਕਰ ਹੀ ਨਹੀਂ ਕੀਤਾ, ਸਿਰਫ ਤੇ ਸਿਰਫ ਅਣਪਛਾਤੇ ਦੇ ਵਿਅਕਤੀ ਲਿਖੇ ਗਏ। ਗੁਰਦੀਪ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ ਪਟਿਆਲਾ ਪੁਲਿਸ ਵੱਲੋਂ ਦਰਜ ਕੀਤੇ ਗਏ ਬਿਆਨਾਂ ਦੇ ਵਿੱਚ ਦਿੱਲੀ ਪੁਲਿਸ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸ ਮੌਕੇ ਜਦੋਂ ASI ਅਜੈਬ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਗੁਰਦੀਪ ਦੇ ਬਿਆਨ ਵਿੱਚ ਦਿੱਲੀ ਪੁਲਿਸ ਦਾ ਜ਼ਿਕਰ ਨਹੀਂ ਕੀਤਾ, ਜਦੋਂ ਕਿ ਦੂਜੇ ਪਾਸੇ ਗੁਰਦੀਪ ਨੇ ਮੌਕੇ ਤੇ ਇਹ ਕਿਹਾ ਕਿ ਉਸਨੇ ਦਿੱਲੀ ਪੁਲਿਸ ਤੇ ਵਿਸ਼ੇਸ਼ ਕਰਮਚਾਰੀਆਂ ਬਾਰੇ ਲਿਖਵਾਇਆ ਸੀ ਅਤੇ ਕਿਹਾ ਸੀ ਕਿ ਜਦੋਂ ਉਹ ਸਾਹਮਣੇ ਆਉਣਗੇ ਤਾਂ ਉਹ ਉਹਨਾਂ ਦੀ ਪਛਾਣ ਕਰ ਸਕਦਾ ਹੈ। ਮਾਹੌਲ ਤਣਾਅਪੂਰਨ ਹੁੰਦਾ ਦੇਖ ਕੇ ਪਟਿਆਲਾ ਪੁਲਿਸ ਨੇ ਅਣਪਛਾਤੇ ਲੋਕਾਂ ਦੀ ਥਾਂ ਗੁਰਦੀਪ ਲਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਜਵਾਨਾਂ ਨੂੰ ਦਾਖਲ ਕੀਤਾ ਅਤੇ ਉਸ ਤੋਂ ਬਾਅਦ ਬਿਆਨ ਦੀ ਕਾਪੀ ਗੁਰਦੀਪ ਨੂੰ ਵੀ ਦਿੱਤੀ ਗਈ। ਪਟਿਆਲਾ ਪੁਲਿਸ ਬਿਆਨ ਦਰਜ ਕਰਨ ਲਈ ਆਪਣੇ ਨਾਲ ਲੈਪਟਾਪ ਅਤੇ ਹੋਰ ਸਮਾਨ ਲੈ ਕੇ ਆਈ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ FIR ਦਰਜ ਕਰਨ ਤੋਂ ਬਾਅਦ ਪੀੜਤ ਪਰਿਵਾਰ ਨੂੰ ਇੱਕ ਕਾਪੀ ਭੇਜ ਦਿੱਤੀ ਜਾਵੇਗੀ ਅਤੇ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ। ਰਾਸ਼ਟਰੀ ਵਿਦੇਸ਼ ਮੰਤਰੀ ਜੀ ਰਿਜਵੇਸ਼ ਦੀ ਦਰਿਆ ਇੰਡੋ ਪ੍ਰਸ਼ਾਂਤ ਖੇਤਰ ਸਮੇਤ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮੰਗਲਵਾਰ ਤੋਂ 3 ਦਿਨਾਂ ਦੀ ਭਾਰਤ ਯਾਤਰਾ ਕਰਨਗੇ। ਆਪਣੀ ਯਾਤਰਾ ਬਾਰੇ ਐਲਾਨ ਕਰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਕੋਵਿਡ-19 ਤੋਂ ਬਾਅਦ ਵਪਾਰ, ਰੱਖਿਆ, ਜਲਵਾਯੂ, ਸਿੱਖਿਆ ਅਤੇ ਸਿਹਤ ਸਮੇਤ ਵੱਖ ਵੱਖ ਖੇਤਰਾਂ ਵਿੱਚ ਦਵੱਲੇ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਰਾਹ ਪੱਧਰਾ ਕਰੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਵਸੇਰਾ ਸਕੀਮ ਦੇ ਤਹਿਤ 3245 ਹੋਰ ਝੁੱਗੀ ਝੋਂਪੜੀਆਂ ਵਾਲਿਆਂ ਨੂੰ ਮਾਲਕਾਨਾ ਹੱਕ ਪ੍ਰਦਾਨ ਕੀਤੇ ਜਾਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਉਹਨਾਂ ਨੇ ਇਸ ਵਰ੍ਹੇ ਸਤੰਬਰ ਤੱਕ ਅਜਿਹੇ 40,000 ਘਰਾਂ ਦੇ ਮਾਲਕਾਨਾ ਹੱਕ ਦਿੱਤੇ ਜਾਣ ਦੀ ਪ੍ਰਕਿਰਿਆ ਪੂਰੀ ਕਰਨ ਦੇ ਨਿਰਦੇਸ਼ ਵੀ ਅਧਿਕਾਰੀਆਂ ਦਿੱਤੇ ਨੇ। ਝੁੱਗੀ ਝੋਂਪੜੀ ਵਿਕਾਸ ਪ੍ਰੋਗਰਾਮ ਵਸੇਰਾ ਅਨੁਸਾਰ ਉੱਚ ਅਧਿਕਾਰ ਪ੍ਰਾਪਤ ਕਮੇਟੀ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੈਪਟਨ ਨੇ ਸਬੰਧਤ ਵਿਭਾਗ ਨੂੰ ਤਸਦੀਕ ਪ੍ਰਕਿਰਿਆ ਤੇਜ਼ੀ ਨਾਲ ਪੂਰੀ ਕਰਕੇ ਸੂਬੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਝੁੱਗੀ ਝੋਂਪੜੀਆਂ ਵਾਲਿਆਂ ਨੂੰ ਮਾਲਕਾਨਾ ਹੱਕ ਦੇਣਾ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਨੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਇਸੇ ਸਕੀਮ ਅਨੁਸਾਰ ਹੋਈ ਤਰੱਕੀ ਦੀ ਸਮੀਖਿਆ ਵੀ ਕੀਤੀ। ਇੱਕ ਪਾਸੇ ਜਿੱਥੇ ਕਿਸਾਨ ਵਿਸਾਖੀ ਦੀਆਂ ਤਿਆਰੀਆਂ ਕਰ ਰਹੇ ਹਨ, ਉੱਥੇ ਹੀ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਮੰਦਭਾਗਾ ਹਾਦਸਾ ਵਾਪਰ ਗਿਆ। ਦਰਅਸਲ ਪਿੰਡ ਦਾਨ ਸਿੰਘ ਵਾਲਾ ਵਿਖੇ ਅੱਗ ਲੱਗਣ ਦੇ ਕਾਰਨ ਵੱਖ ਵੱਖ ਕਿਸਾਨਾਂ ਦੀ ਪੱਤਾਂ ਵਾਂਗੂ ਪਾਲੀ ਬੀਜ ਤੋਂ 25 ਏਕੜ ਪੱਕੀ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ। ਮੌਕੇ ਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਖੇਤ ਵਿੱਚ ਅੱਗ ਲੱਗੀ ਹੈ ਉਸ ਖੇਤ ਦੇ ਨਜ਼ਦੀਕ ਤੂੜੀ ਬਣਾਉਣ ਵਾਲੀ ਮਸ਼ੀਨ ਲੱਗੀ ਹੋਈ ਸੀ, ਜਿਸ ਵਿੱਚ ਸਪਾਰਕ ਹੋਣ ਦੇ ਕਾਰਨ ਇਹ ਹਾਦਸਾ ਵਾਪਰ ਗਿਆ। ਦਿੱਲੀ ਹਾਈ ਕੋਰਟ ਨੇ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਭਾਜਪਾ ਦੇ ਸੰਸਦ ਮੈਂਬਰ ਸੁਬਰਮਣੀਅਮ ਸਵਾਮੀ ਦੀ ਇੱਕ ਪਟੀਸ਼ਨ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਹਨਾਂ ਦੇ ਬੇਟੇ ਰਾਹੁਲ ਗਾਂਧੀ ਤੇ ਹੋਰ ਦੋਸ਼ੀਆਂ ਨੂੰ ਜਵਾਬ ਦਾਖਲ ਕਰਨ ਦਾ ਸੋਮਵਾਰ ਨੂੰ ਹੋਰ ਸਮਾਂ ਦਿੱਤਾ। ਜਸਟਿਸ ਸੁਰੇਸ਼ ਕੁਮਾਰ ਕੈਦ ਨੇ ਮਾਮਲੇ ਨੂੰ 18 ਮਈ ਨੂੰ ਅਗਲੀ ਸੁਣਵਾਈ ਲਈ ਸੂਚੀਬੱਧ ਕੀਤਾ। ਕਾਂਗਰਸ ਨੇਤਾਵਾਂ ਵੱਲੋਂ ਪੇਸ਼ ਸੀਨੀਅਰ ਵਕੀਲ RS ਚੀਮਾ ਅਤੇ ਤਰਨੂਮ ਚੀਮਾ ਨੇ ਰਾਤ ਨੂੰ ਦੱਸਿਆ ਕਿ ਕੋਵਿਡ-19 ਦੇ ਕਾਰਨ ਦਫ਼ਤਰ ਬੰਦ ਰਹਿਣ ਦੇ ਕਾਰਨ ਉਹ ਜਵਾਬ ਦਾਖਲ ਨਹੀਂ ਕਰ ਸਕੇ। ਉਹਨਾਂ ਨੇ ਹੋਰ ਸਮਾਂ ਦੇਣ ਦੀ ਅਪੀਲ ਕੀਤੀ। ਹਾਈ ਕੋਰਟ ਨੇ ਸਵਾਮੀ ਦੀ ਪਟੀਸ਼ਨ ਤੇ 22 ਫਰਵਰੀ ਨੂੰ ਸੋਨੀਆ ਗਾਂਧੀ, ਰਾਹੁਲ, AICC ਦੇ ਜਨਰਲ ਸਕੱਤਰ ਆਸਕਰ ਫਰਨਾਂਡੀਜ਼, ਸੁਮਨ ਦੁਬੇ, ਸੈਮ ਪੈਤਰੋਦਾ ਅਤੇ ਯੰਗ ਇੰਡੀਆ ਨੂੰ ਨੋਟਿਸ ਜਾਰੀ ਕਰਕੇ ਜਵਾਬ ਦੇਣ ਲਈ ਕਿਹਾ ਸੀ। ਉਹ ਤੱਕ ਹੇਠਲੀ ਅਦਾਲਤ ਦੀ ਸੁਣਵਾਈ ਤੇ ਰੋਕ ਲਗਾ ਦਿੱਤੀ ਗਈ ਸੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਨਸਨ ਨੇ ਕੋਰੋਨਾ ਵਾਇਰਸ ਦੇ ਚੱਲਦੇ ਲਾਗੂ ਤਾਲਾਬੰਦੀ ਵਿੱਚ ਢਿੱਲ ਦੇ ਨਵੇਂ ਪੜਾਅ ਦੇ ਬਾਅਦ ਦੁਕਾਨਾਂ, ਰੈਸਟੋਰੈਂਟ, ਪੱਬ ਅਤੇ ਜਿਮ ਫਿਰ ਖੋਲ੍ਹਣ ਦਾ ਐਲਾਨ ਕੀਤਾ ਹੈ। ਲੋਕਾਂ ਨੂੰ ਜ਼ਿੰਮੇਵਾਰੀ ਦੇ ਨਾਲ ਇਸ ਸਮੇਂ ਪੇਸ਼ ਆਉਣ ਦੀ ਅਪੀਲ ਵੀ ਕੀਤੀ ਹੈ। ਹੁਣ ਲੋਕਾਂ ਨੂੰ ਕੱਪੜਿਆਂ ਦੀਆਂ ਦੁਕਾਨਾਂ ਅਤੇ ਕੁੱਝ ਪੱਬ ਅਤੇ ਰੈਸਟੋਰੈਂਟ ਦੇ ਬਾਹਰ ਰਾਤ ਤੋਂ ਹੀ ਕਤਾਰ ਵਿੱਚ ਖੜੇ ਦੇਖਿਆ ਗਿਆ, ਜਿੱਥੇ ਹੁਣ ਗਾਹਕਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਲੋਕਾਂ ਦੇ ਮੇਲ ਮਿਲਾਪ ਤੇ ਅਜੇ ਵੀ ਪਾਬੰਦੀ ਹੈ ਅਤੇ ਉਹਨਾਂ ਨੂੰ ਅਜੇ ਵੀ ਜਿੱਥੋਂ ਤੱਕ ਸੰਭਵ ਹੋਵੇ ਘਰ ਵਿੱਚ ਹੀ ਕੰਮ ਕਰਨ ਨੂੰ ਕਿਹਾ ਗਿਆ ਹੈ। ਜਨਸਨ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਲੰਬੇ ਸਮੇਂ ਤੋਂ ਬੰਦ ਕਾਰੋਬਾਰਾਂ ਦੇ ਮਾਲਕਾਂ ਦੇ ਲਈ ਇਹ ਵੱਡੀ ਰਾਹਤ ਹੋਵੇਗੀ ਅਤੇ ਕਿਸੇ ਲਈ ਇਹ ਉਹ ਸਭ ਕਰਨ ਦਾ ਮੌਕਾ ਹੋਵੇਗਾ ਜਿਸ ਨੂੰ ਉਹ ਪਸੰਦ ਕਰਦੇ ਨੇ ਜਾਂ ਮਹਿਸੂਸ ਕਰਦੇ ਨੇ। ਉਹਨਾਂ ਕਿਹਾ ਕਿ ਮੈਂ ਹਰ ਕਿਸੇ ਨੂੰ ਜ਼ਿੰਮੇਵਾਰੀ ਨਾਲ ਪੇਸ਼ ਆਉਣ ਅਤੇ ਕੋਵਿਡ ਨੂੰ ਨਿਯੰਤਰਿਤ ਕਰਨ ਲਈ ਜਾਰੀ ਟੀਕਾਕਰਨ ਪ੍ਰੋਗਰਾਮ ਦੌਰਾਨ ਹੱਥ ਮੂੰਹ ਦੂਰੀ ਅਤੇ ਤਾਜ਼ਾ ਹਵਾ ਯਾਦ ਰੱਖਣ ਦੀ ਅਪੀਲ ਕਰਦਾ। ਜਗਮੀਤ ਸਿੰਘ ਦੀ ਅਗਵਾਈ ਵਾਲੀ ਕੈਨੇਡੀਅਨ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਭਾਰਤ ਸਰਕਾਰ ਵੱਲੋਂ ਪਿਛਲੇ ਵਰ੍ਹੇ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਦੀ ਨਿਖੇਧੀ ਕਰਦਿਆਂ ਉਹਨਾਂ ਦੇ ਵਿਰੁੱਧ ਮਤਾ ਪਾਸ ਕਰ ਦਿੱਤਾ। ਦਰਅਸਲ ਭਾਰਤੀ ਕਿਸਾਨਾਂ ਦੇ ਨਾਲ ਅੰਤਰਰਾਸ਼ਟਰੀ ਇਕਜੁੱਟਤਾ ਲਈ ਮਤੇ ਦੇ ਏਜੰਡੇ ਦੇ ਵਿੱਚ ਤਰਜੀਹ ਦਿੱਤੀ ਗਈ ਸੀ। ਇਸ ਦੇ ਇਲਾਵਾ ਵਿਸ਼ਵ ਵਿੱਚ ਕੈਨੇਡਾ ਦੇ ਸਥਾਨ ਨੂੰ ਮੁੜ ਪਰਿਭਾਸ਼ਿਤ ਕਰਨਾ ਪਾਰਟੀ ਦੀ ਵਿਦੇਸ਼ ਨੀਤੀ ਦਾ ਮੁੱਖ ਟੀਚਾ ਸੀ। ਇਸ ਨੇ ਇਜ਼ਰਾਇਲ, ਫਿਲਿਸਤੀਨ ਦੇ
ਕੈਨੇਡਾ ਦੇ ਹਾਊਸ ਆਫ ਕਾਮਨਸ ਨੇ 22 ਫਰਵਰੀ ਨੂੰ ਇੱਕ ਮਤਾ ਪਾਸ ਕੀਤਾ ਸੀ ਜਿਸ ਵਿੱਚ ਸ਼ਿਨਜਿਆਂਗ ਵਿੱਚ ਚੀਨੀ ਕਾਰਵਾਈ ਨੂੰ ਨਸਬਕੁਸ਼ੀ ਕਰਾਰ ਦਿੱਤਾ ਗਿਆ ਸੀ। ਇਹ ਮੁੱਦਾ ਸਿਰਫ ਸੂਚੀ ਵਿੱਚ 8ਵੇਂ ਸਥਾਨ ਤੇ ਸੀ ਜਦੋਂ ਕਿ ਹਾਂਗਕਾਂਗ ਦੀ ਆਜ਼ਾਦੀ ਦੀ ਲੜਾਈ 12ਵੇਂ ਨੰਬਰ ਤੇ ਵੀ ਹੇਠਾਂ ਆ ਗਈ। ਸ਼ਰਾਬ ਦੇ ਠੇਕੇਦਾਰਾਂ ਦੇ ਝਗੜੇ ਲੈ ਕੇ 13-14 ਵਿਅਕਤੀਆਂ ਵੱਲੋਂ ਇੱਕ ਸਿੱਖ ਅੰਮ੍ਰਿਤਧਾਰੀ ਨੌਜਵਾਨ ਨੂੰ ਸੀਆਈਏ ਸਟਾਫ ਥਾਣੇ ਅੰਦਰ ਕੁੱਟਿਆ ਮਾਰਿਆ ਗਿਆ ਅਤੇ ਉਸਦੀ ਦਸਤਾਰ ਵੀ ਉਤਾਰ ਗਈ। ਇਸ ਮਾਮਲੇ ਸੰਬੰਧੀ ਦਮਨਪ੍ਰੀਤ ਨਾਮ ਦੇ ਸਿੱਖ ਅੰਮ੍ਰਿਤਧਾਰੀ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਸੀਆਈਏ ਸਟਾਫ ਥਾਣੇ ਦੇ ਗੇਟ ਦੇ ਬਾਹਰ ਆਪਣੇ ਕਿਸੇ ਸਾਥੀ ਨੂੰ ਛੱਡਣ ਆਇਆ ਸੀ ਪਰ ਉੱਥੇ ਮੌਜੂਦ 13-14 ਜਵਾਨਾਂ ਦੇ ਵੱਲੋਂ ਉਸਨੂੰ ਥਾਣੇ ਅੰਦਰ ਖਿੱਚ ਕੇ ਪੁਲਿਸ ਅਧਿਕਾਰੀਆਂ ਸਾਹਮਣੇ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਮਾਰਿਆ ਗਿਆ ਅਤੇ ਉਸਦੀ ਦਸਤਾਰ ਵੀ ਉਤਾਰ ਗਈ। ਇਸ ਦੇ ਜਾਂਦਿਆਂ ਉਸ ਵੱਲੋਂ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਰਜ ਕਰਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੀ ਡਿਵੀਜ਼ਨ ਦੇ SHO ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਇਸ ਸੰਬੰਧੀ ਸ਼ਿਕਾਇਤ ਮਿਲੀ ਹੈ ਇਸ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉੱਧਰ ਇਸ ਮਾਮਲੇ ਦੀ ਸੱਚ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਸਿੱਖ ਯੂਥ ਆਗੂ ਪਰਮਜੀਤ ਸਿੰਘ ਕਾਲੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇੱਕ ਸਿੱਖ ਅੰਮ੍ਰਿਤਧਾਰੀ ਨੌਜਵਾਨ ਦੇ ਕੇਸਾਂ ਅਤੇ ਕਕਾਰਾਂ ਦੀ ਅਜੇ ਦਸਤਾਰ ਦੀ ਬੇਅਦਬੀ ਬਿਨਾਂ ਕਸੂਰ ਕੀਤੀ ਗਈ ਹੈ। ਜਿਸ ਸੰਬੰਧੀ ਅਸੀਂ ਪੁਲਿਸ ਦੇ ਆਲਾ ਅਧਿਕਾਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਘਟਨਾ ਉੱਪਰ ਧਾਰਾ 295A ਧਾਰਮਿਕ ਭਾਵਾਂ ਨੂੰ ਠੋਸ ਪਹੁੰਚਾਉਣ ਦੀ ਧਾਰਾ ਜ਼ਰੂਰ ਲਗਵਾਉਣ। ਹਾਂਜੀ, ਕੀ ਨਾਂ ਲਗਾ ਭਾਈ? ਮੇਰਾ ਨਾਮ ਦਮਨਪ੍ਰੀਤ ਸਿੰਘ ਹੈ ਜੀ। ਦਮਨ ਜੀ, ਕੀ ਹੋਇਆ ਭਾਈ? ਮੈਂ ਆਪਣੇ ਦੋਸਤ ਨੂੰ ਅਰੁਣ ਵਰਮਾ ਨੂੰ ਇੱਥੇ ਛੱਡਣ ਆਇਆ ਸੀ, ਸਿਰਫ ਸੀਏ ਸਟਾਫ ਵਾਸਤੇ ਇੱਥੇ ਸਿਰਫ ਛੱਡਣ ਆਇਆ ਸੀ। ਇਹਦਾ ਕੋਈ ਝਗੜਾ ਸੀ, ਇਹਨੂੰ ਮੈਂ ਬਾਹਰ ਛੱਡਣ ਆਇਆ ਸੀ। ਇਹਨਾਂ ਨੇ 13-14 ਜਣਿਆਂ ਨੇ ਮੇਰੀ ਬਾਂਹ ਫੜ ਕੇ ਮੈਨੂੰ ਖਿੱਚਿਆ, ਪਹਿਲੇ ਗੇਟ ਦੇ ਅੰਦਰ ਲੈ ਕੇ ਗਏ, ਅੰਦਰ ਜਾ ਕੇ ਇਹਨਾਂ ਨੇ ਪੁਲਿਸ ਵਾਲਿਆਂ ਦੇ ਸਾਹਮਣੇ, ਮੁਲਾਜ਼ਮਾਂ ਦੇ ਸਾਹਮਣੇ ਮੈਨੂੰ 15-16 ਜਣਿਆਂ ਨੇ ਘੇਰ ਕੇ ਥੱਲੇ ਲੰਮੇ ਪਾ ਕੁੱਟਿਆ। ਮੈਂ ਅੰਮ੍ਰਿਤ ਛਕਿਆ ਵਾ, ਠੀਕ ਹੈ ਜੀ। ਆਹ ਮੇਰੀ ਸਿਰੀ ਸਾਹਿਬ, ਠੀਕ ਹੈ ਜੀ। ਅਤੇ ਆਹ ਮੇਰੀ ਪੱਗ ਹੈ ਜੀ। ਇਹਨਾਂ ਨੇ 13-14 ਜਣਿਆਂ ਨੇ ਮੇਰੀ ਪੱਗ ਲਈ ਪਹਿਲੇ, ਠੀਕ ਹੈ ਜੀ। ਫਿਰ ਮੇਰੇ ਮੂੰਹ 'ਤੇ ਚਿਬੜਾਂ ਮਾਰੀਆਂ, ਫਿਰ ਮੇਰੇ ਢਿੱਡ 'ਚ ਲੱਤਾਂ ਮਾਰੀਆਂ, ਨਾਲ ਮੇਰੇ ਮਾਰੇ ਮੁੱਕੇ ਜੀ। ਮੈਂ ਇਹਨਾਂ ਨੂੰ ਕਹਿੰਦਾ ਰਿਹਾ ਮੈਨੂੰ ਜਾ ਲੈਂਦੋ, ਮੈਂ ਸਿਰਫ ਇਹਨੂੰ ਛੱਡਣ ਆਇਆ ਵਾਂ। ਉਹਨਾਂ ਨੇ 13-14 ਜਣਿਆਂ ਨੇ ਮੈਨੂੰ ਲਿਆ, ਉਹਨਾਂ 'ਚੋਂ ਇੱਕ ਸ਼ਿਵ ਚਾਵਲਾ ਸੀ, ਠੀਕ ਹੈ ਜੀ। ਇੱਕ ਮੁੰਡਾ ਲਾਲ ਕਮੀਜ਼ ਵਾਲਾ ਸੀ, ਇੱਕ ਫੌਜੀ ਮੁੰਡਾ ਹੈਗਾ ਵਾ ਜੈਂਤੀਪੁਰ ਦਾ ਜੀ। ਇਹ ਸਾਰੇ 13-14 ਜਣੇ, ਬਾਕੀ ਮੁੰਡੇ ਦਾ ਮੈਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ, ਠੀਕ ਹੈ ਜੀ। ਇਹਨਾਂ ਨੂੰ ਤਰਦੇ ਸਾਹਮਣੇ ਮੁਲਾਜ਼ਮ ਖਲੋਤੇ ਰਹੇ, ਮੁਲਾਜ਼ਮਾਂ ਨੇ ਕੁਛ ਨਹੀਂ ਇਹਨਾਂ ਨੂੰ ਕਿਹਾ ਜੀ। ਤੁਸੀਂ CCTV ਦੀ ਸੀਏ ਸਟਾਫ ਦੇ ਅੰਦਰ ਕੈਮਰੇ ਲੱਗੇ ਆ, CCTV ਦੀ ਫੁਟੇਜ ਕਢਾ ਕੇ ਵੇਖੋ, 1:30 ਤੋਂ ਲੈ ਕੇ 3 ਵਜੇ ਦੇ ਵਿੱਚ ਤੁਹਾਨੂੰ ਨਜ਼ਰ ਆਊਗਾ ਕਿੱਦਾਂ ਜ਼ਬਰਦਸਤੀ ਬਾਹਾਂ ਫੜ ਕੇ ਅੰਦਰ ਲੈ ਕੇ ਜਾਂਦੇ ਪਏ ਨੇ। ਅੰਦਰ ਗੇਟ ਦੇ ਅੰਦਰ ਜਾ ਕੇ ਕੁੱਟਿਆ ਨੇ, ਬਾਹਰ ਨਹੀਂ ਕੁੱਟਿਆ, ਸਿਰਫ ਅੰਦਰ ਜਾ ਕੇ ਕੁੱਟਿਆ ਵਾ, ਨਾਲ ਸਾਰੇ ਮੁਲਾਜ਼ਮ ਸੀ, ਸਾਰਾ ਕੁਛ ਨਾਲ ਸੀ। ਕੀ ਪਹਿਲਾਂ ਤੋਂ ਵਾਕਫ ਤੁਹਾਡੇ ਆ ਕਿ ਰੰਜੀ ਸੀ ਕੋਈ? ਭਾਈ ਕੋਈ ਵਾਕਫ ਨਹੀਂ, ਕੋਈ ਕੁਛ ਨਹੀਂ ਨਾ। ਮੈਂ ਸਿਰਫ ਉਹਨੂੰ ਛੱਡਣ ਆਇਆ, ਉਹ ਮੁੰਡੇ ਨੂੰ ਮੈਨੂੰ ਇੰਨੀ ਗੱਲ ਕਹੀ, ਮੇਰੇ ਕੋਲ ਐਕਟਿਵਾ ਨਹੀਂ, ਮੈਨੂੰ ਸਿਰਫ ਉੱਥੇ ਛੱਡਿਆ। ਮੈਂ ਉਹਨੂੰ ਛੱਡਣ ਆਇਆ, ਉਹ ਕਹਿੰਦੇ ਇੱਧਰ ਆ, ਤੂੰ ਉੱਥੇ ਸਾਡੀਆਂ ਵੀਡੀਓ ਬਣਾਉਣਾ, ਇਹ ਕਰਦਾ ਉਹ ਕਰਦਾ ਵਾ, ਇੱਧਰ ਆ, ਮੇਰੀ ਬਾਂਹ ਫੜ ਕੇ ਅੰਦਰ ਲੈ ਗਏ ਮੈਨੂੰ। ਮੇਰੇ ਤੋਂ ਸਾਰੇ ਮੁੱਕੇ ਮਾਰੇ, ਮੇਰੇ ਨੱਕ ਦੇ ਮੁੱਕੇ ਮਾਰੇ, ਢਿੱਡ 'ਚ ਲੱਤਾਂ ਮਾਰੀਆਂ ਸਾਰੇ ਮੁੰਡਿਆਂ ਨੇ, ਘੱਟੋ ਘੱਟ 13-14 ਜਣੇ ਸੀ, ਇਕੱਲੇ ਨੂੰ ਮੈਨੂੰ ਲੰਮੇ ਪਾਏ ਕੁੱਟਿਆ ਵਾ, ਲਾਗੇ ਮੁਲਾਜ਼ਮ ਖਲੋਤੇ ਸੀ, ਉਹਨਾਂ ਨੇ ਕੁਛ ਨਹੀਂ ਕਿਹਾ। 1:30 ਵਜੇ ਲੈ ਕੇ 3 ਵਜੇ ਦੇ ਵਿੱਚ ਵਜੇ ਦੀ CCTV ਫੁਟੇਜ ਅੰਦਰੋਂ ਕਢਾਓ, ਕੈਮਰੇ ਲੱਗੇ ਨੇ। ਕੀ ਮੰਗ ਕਰਦੇ ਭਾਈ? ਮੰਗੇ ਆ ਪਹਿਲੇ CCTV ਕਢਾਓ, ਠੀਕ ਹੈ ਜੀ। ਉਹਨਾਂ ਨੇ ਦੇਣੀ ਨਹੀਂ, ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲੈਣਾ ਵਾ, ਉਹਨਾਂ ਨੇ ਨਹੀਂ ਦੇਣੀ। ਪਰ ਜੇ ਉਹ ਨਿਕਲਦੀ ਉਹਦੇ ਵਿੱਚ ਸਭ ਕੁਝ ਕਲੀਅਰ ਹੋ ਜਾਊਗਾ ਜੀ, A to Z ਹਰ ਇੱਕ ਚੀਜ਼ ਉਹ 'ਚ ਕਲੀਅਰ ਹੋ ਜਾਊਗੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਅਕਾਲੀ ਸੇਵਾਦਾਰ ਸਿੱਖ ਯੂਥ ਪਾਵਰ ਆਫ ਪੰਜਾਬ। ਅੱਜ ਮੈਨੂੰ ਤਕਰੀਬਨ 1/2 ਘੰਟਾ ਪਹਿਲਾਂ ਇੱਕ ਫੋਨ ਆਇਆ ਸੀ ਵੀਰ ਦਮਨਪ੍ਰੀਤ ਸਿੰਘ, ਜੋ ਕਿ ਇੱਥੇ ਤਰਨਤਾਰਨ ਰੋਡ 'ਤੇ ਰਹਿੰਦੇ ਨੇ, ਅਤੇ ਇਹਨਾਂ ਵੱਲੋਂ ਮੈਨੂੰ ਫੋਨ ਕੀਤਾ ਗਿਆ ਸੀਗਾ ਕਿ ਇਹ CA ਸਟਾਫ ਜਿਹੜਾ ਇੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ, ਉੱਥੇ ਆਪਣੇ ਕਿਸੇ ਦੋਸਤ ਨੂੰ ਛੱਡਣ ਆਏ ਸੀ, ਉਹਨਾਂ ਦਾ ਕੋਈ ਪੁਲਿਸ ਕੇਸ ਸੀਗਾ ਉਹਦੇ ਸੰਬੰਧ ਦੇ ਵਿੱਚ, ਅਤੇ ਜਿਹੜੇ ਉਸ ਸਮੇਂ ਜੇ ਆਧਾਰ ਦੇ ਉੱਤੇ ਉਹ ਪੁਲਿਸ ਕੇਸ ਬਣ ਰਿਹਾ ਸੀਗਾ ਜਿਸ ਬੰਦੇ ਨੂੰ ਲੈ ਕੇ ਆਏ ਸੀਗੇ, ਉਹਦੇ ਬੇਟੇ ਨੂੰ ਛੱਡਣ ਆਏ ਸੀ, ਅਤੇ ਜਿਹੜੇ ਮੌਕੇ 'ਤੇ ਠੇਕੇਦਾਰ ਸਨ, ਸ਼ਰਾਬ ਦੇ ਠੇਕੇਦਾਰ ਦੇ ਜਿਹੜੇ ਕਿੰਦੇ ਸੀਗੇ, ਉਹਨਾਂ ਦੁਆਰਾ ਉਹਨੂੰ ਮੁੰਡੇ ਨੂੰ ਜਦੋਂ ਨਜਾਇਜ਼ ਚੱਕ ਕੇ ਅੰਦਰ ਸੁੱਟਣ ਦੀ ਕੋਸ਼ਿਸ਼ ਕੀਤੀ, ਅਤੇ ਇਹਨੇ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਧੱਕਾ ਕਿਉਂ ਕਰ ਰਹੇ ਹੋ, ਅਤੇ ਇਹਨੂੰ ਵੀ ਉਹਨਾਂ ਨੇ ਫੜ ਕੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਅਤੇ ਇੱਕ ਅੰਮ੍ਰਿਤਧਾਰੀ ਸਿੰਘ ਆ, ਜਦਕਿ ਇਹ ਦਸਤਾਰਧਾਰੀ ਆ, ਕੇਸਾਧਾਰੀ ਆ, ਕਕਾਰ ਪਾਏ ਹੋਏ ਨੇ, ਬਿਨਾਂ ਇਹਦਾ ਕਿਸੇ ਕਸੂਰ ਕਿਸੇ ਰੋਲ ਦੇ ਉਹਨਾਂ ਦੀ ਦਸਤਾਰ ਲਾ ਕੇ ਇਹਨਾਂ ਨੂੰ ਕੇਸਾਂ ਤੋਂ ਫੜ ਕੇ ਅਤੇ ਧੂ ਕੇ ਅੰਦਰ ਲਿਜਾ ਕੇ ਬਿਲਕੁਲ ਗੇਟ ਦੇ ਬਾਹਰ CA ਸਟਾਫ ਦੇ ਬਹੁਤ ਜ਼ਿਆਦਾ ਕੁੱਟਮਾਰ ਕਹਿੰਦੇ ਕਰੀ ਆ, ਕੇਸਾਂ ਦੀ ਵੀ ਕਰੀ, ਕਕਾਰ ਤਾਂ ਖਿੱਚ ਕੇ ਉਹਨਾਂ ਨੇ ਸੁੱਟੇ। ਜਦਕਿ ਇਹ ਕਹਿੰਦਾ ਰਿਹਾ ਕਿ ਮੇਰਾ ਕੋਈ ਰੋਲ ਨਹੀਂ ਹੈਗਾ, ਮੈਂ ਸਿਰਫ ਤੁਹਾਨੂੰ ਛਡਾਉਣ ਦੀ ਬੇਨਤੀ ਕਰ ਰਿਹਾ, ਤੁਸੀਂ ਕਿਸੇ ਨਜਾਇਜ਼ ਉੱਤੇ ਕੁਛ ਗਲਤ ਨਾ ਕਰੋ। ਸੋ ਅੱਜ ਅਸੀਂ ਹੁਣ ਇੱਥੇ ਪਹੁੰਚੇ ਹਾਂ, SHO ਸਾਹਿਬ ਨੂੰ ਮਿਲੇ ਹਾਂ, ਮੌਕੇ ਦੇ ਅਫਸਰਾਂ ਦੇ ਨਾਲ ਗੱਲ ਹੋਈ ਹੈ, ਸ਼ਮਸ਼ੇਰ ਸਿੰਘ ਜੀ ਨਾਲ ਇਹਨਾਂ ਦੇ ਬੈਠੇ ਹਾਂ, ਬਿਆਨ ਲਿਖਾ ਰਹੇ ਹਾਂ, ਅਤੇ ਸਾਨੂੰ ਪ੍ਰਸ਼ਾਸਨ ਨੇ ਆਸ਼ਵਾਸਨ ਦਿੱਤਾ ਕਿ ਉਹਨਾਂ ਬੰਦਿਆਂ ਦੇ ਉੱਤੇ ਬਕਾਇਦਾ ਜਿਹੜੀ ਕਾਨੂੰਨੀ ਕਾਰਵਾਈ ਹੈ, 295 ਇਹ ਲਾ ਕੇ ਧਾਰਮਿਕ ਭਾਵਨਾ ਤਹਿਤ, ਅਤੇ ਬਣਦੀ ਜਿਹੜੀ ਹੋਰ ਵੀ ਕਾਨੂੰਨੀ ਕਾਰਵਾਈ ਉਹਨਾਂ ਦੇ ਮੈਡੀਕਲ ਐਗਜ਼ਾਮੀਨੇਸ਼ਨ ਕਰਾ ਕੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਊ। ਕੀ ਨਾਮ ਤੁਹਾਡਾ? ਅਰੁਣ ਵਰਮਾ ਨਾਂ ਜੀ ਮੇਰਾ। ਅਰੁਣ ਵਰਮਾ ਜੀ, ਕੀ ਹੋਇਆ, ਕਿੱਥੇ ਲੜਾਈ ਹੋਈ ਤੁਹਾਡੀ, ਕਿਸ ਤਰ੍ਹਾਂ ਹੋਈ? ਅੱਜ ਸੀ ਸਾਡੀ ਜਿਹੜੀ ਲੜਾਈ ਹੋਈ ਹੈ, ਲੜਾਈ ਦਾ
ਠੀਕ ਹੈ ਜੀ ਉਹਨਾਂ ਚੋਂ ਗੇਟ ਦੇ ਅੰਦਰ ਉਹਨਾਂ ਚੋਂ ਮੈਂ ਇੱਕ ਦਾ ਨਾਮ ਜਾਣਦਾ ਉਸ ਨੂੰ ਚੋਂ ਇੱਕ ਦਾ ਨਾਮ ਹੈਗਾ ਸ਼ਿਵ ਚਾਵਲਾ ਤੇ ਇੱਕ ਸੂਫੀ ਦੀ ਰੇਡ ਪਾਰਟੀ ਹੈ ਤੇ ਬਾਕੀ 11 12 ਅਣਪਛਾਤੇ ਬੰਦੇ ਆ ਮੈਨੂੰ 20 ਬੰਦਿਆਂ ਨੇ ਘੇਰ ਕੇ ਮੇਰੇ ਲੱਤਾਂ 'ਚ ਮੇਰੇ ਢੇਡ 'ਚ ਲੱਤਾਂ ਮਾਰੀਆਂ ਮੇਰੇ ਅੱਖਾਂ ਸਜਾਤੀਆਂ ਤੇ ਮੇਰੇ ਭਰਾ ਨੂੰ ਵੀ ਕੁੱਟਿਆ ਜੀ ਕੀ ਪੁਲਿਸ ਨਹੀਂ ਬਚਾਇਆ ਪੁਲਿਸ ਨੇ ਤੁਹਾਨੂੰ ਬਚਾਇਆ ਨਹੀਂ ਪੁਲਿਸ ਤੇ ਆਪਣਾ ਜ਼ੋਰ ਲਾਉਂਦੀ ਰਹੀ ਪਰ ਉਹਨਾਂ ਕੋਈ ਵਾਹ ਪੇਸ਼ ਨਹੀਂ ਚੱਲੀ ਜੀ ਕਿੰਨੇ ਜਣੇ ਸੀ ਉਹ ਜਿਹੜੇ ਮੁੰਡੇ ਸੀ ਰੇਡ ਪਾਰਟੀ ਵਾਲੇ ਸੂਫੀ ਦੀ ਰੇਡ ਪਾਰਟੀ ਵਾਲੇ ਮੁੰਡੇ ਸੀ 20 ਮੁੰਡੇ ਸੀ ਸੂਫੀ ਰੇਡ ਪਾਰਟੀ ਵਾਲੇ ਹਾਂਜੀ ਤਾਂ ਕੀ ਸਮਝਦੇ ਕੀ ਅਸੀਂ ਗੁੰਡਾਗਰਦੀ ਛੜਿਆਮ ਹੋ ਰਹੀ ਆ ਇਹ ਦੇਖੋ ਜੀ ਇਹ ਕੀ ਧੱਕਾ ਹੀ ਕਹਿ ਸਕਦੇ ਆ ਜੀ ਇਹ ਧੱਕਾ ਹੀ ਕਹਿ ਸਕਦੇ ਆ ਇੱਕ ਵੇਖੋ ਜੀ ਇੱਕ ਮੇਨ ਅਹੁਦਾ ਜੀ ਸੀ ਏ ਸਟਾਫ ਦਾ ਥਾਣੇ ਦੇ ਬਾਹਰ ਗੇਟ ਸੀ ਏ ਸਟਾਫ ਤੋਂ ਕੋਈ ਅੰਦਰ ਜਾ ਲੱਗਿਆ ਵੀ ਡਰਦਾ ਉਹਨਾਂ ਨੇ ਅੰਦਰ ਆ ਕੇ ਇਹ ਅੰਦਰ ਆ ਕੇ ਗੁੰਡਾਗਰਦੀ ਕੀ ਮੁਲਾਇਮਾਂ ਦੇ ਸਾਹਮਣੇ ਤੋ ਮੈਨੂੰ ਨਹੀਂ ਪਤਾ ਮੁਲਾਇਮ ਮੈਨੂੰ ਕਹਿ ਰਿਹਾ ਮੈਂ ਤੈਨੂੰ ਬਚਾ ਰਿਹਾ ਹਾਂ ਜਾਂ ਕੀ ਮੈਨੂੰ ਥੱਲੇ ਲੰਮੇ ਪਾਇਆ ਹੋਇਆ ਸੀ ਆਹ ਮੇਰੀ ਸ਼ਰਟ ਦਾ ਬਟਨ ਟੁੱਟੇ ਆ ਜੀ ਮੈਂ ਆਪਣੇ ਗਲ ਦੇ ਵਿੱਚ ਚੈਨ ਪਾਈ ਸੋਨੇ ਦੀ ਮੇਰਾ ਵਿਆਹ ਹੋਇਆ ਮੈਨੂੰ ਉੱਥੋਂ ਚੈਨ ਮਿਲੀ ਸੀ ਮੇਰੀ ਚੈਨ ਵੀ ਖੋਈ ਗਈ ਹੈ ਜੇਬ 'ਚ ਰੁਪਈਆ ਮੇਰੇ ਘਰ ਰੁਪਈਆ ਜੇਬ 'ਚ ਰੁਪਈਆ 50,000 ਸੀ ਅਤੇ ਮੇਰੇ ਭਰਾ ਦਾ ਫੋਨ ਵੀ ਤੋੜਤਾ ਇਹਨਾਂ ਦੂਸਰਾ ਮੰਗ ਕੀ ਕਰਦੇ ਇਹ ਸਾਨੂੰ ਇਨਸਾਫ ਦਿੱਤਾ ਜਾਵੇ ਨਹੀਂ ਤਾਂ ਆਪਾਂ ਸੁਸਾਈਡ ਕਰ ਲੈਣੀ ਮੇਰੀ ਸਾਫ ਹੈਗੀ ਹੈ ਜੀ ਜੇ ਮੈਨੂੰ 2-3 ਦਿਨ 'ਚ ਇਨਸਾਫ ਨਾ ਮਿਲਿਆ ਮੇਰੇ ਭਰਾ ਨੂੰ ਇਨਸਾਫ ਨਾ ਮਿਲਿਆ ਆਪਾਂ ਸੁਸਾਈਡ ਦੇ ਰਾਹ ਲੈਣਾ ਫੜ ਲੈਣਾ ਜੀ ਉਹਦੇ ਜ਼ਿੰਮੇਵਾਰ ਇਹ ਸ਼ਖਸ ਹੋਣਗੇ ਇੱਕ ਤਾਂ ਮੈਂ ਨਾਮ ਜਾਣਦਾ ਸ਼ਿਵ ਚਾਵਲਾ ਤੇ ਸੂਫੀ ਦੀ ਰੇਡ ਪਾਰਟੀ ਇੱਕ ਮੁੰਡਾ ਹੈਗਾ ਫੌਜੀ ਜੀ ਉਹਦੇ ਖਿਲਾਫ ਕੰਪਲੇਂਟ ਦੇਤੀ ਸੀ ਸੀ ਡਿਵੀਜ਼ਨ ਦੀ ਕੁਛ ਨਹੀਂ ਜੀ ਕੁਛ ਨਹੀਂ ਦੱਸਿਆ ਹਲੇ ਪੁਲਿਸ ਹਜੇ ਕੁਛ ਨਹੀਂ ਕਰ ਰਹੀ ਹੈ ਕਹਿ ਰਹੀ ਕਿ ਬਾਹਰ ਆ ਰਹੇ ਹਾਂ ਰਹੇ ਅਰਨ ਇੱਧਰ ਰੱਖੋ ਸਰ ਹਾਂ ਜੀ ਉਹ ਯਾਰ ਥੱਲੇ ਰੱਖ ਅਜੀ ਸਰ ਕੀ ਮਾਮਲਾ ਕੀ ਹੈ ਇਹਦੀ ਕੰਪਲੇਂਟ ਆਈ ਹੈ ਹੁਣੇ ਹੁਣੇ ਕੰਪਲੇਂਟ ਆਈ ਹੈ ਜੀ ਇਹਨਾਂ ਦੇ ਕੋਈ ਠੇਕੇਦਾਰਾਂ ਦੇ ਆਪਸ 'ਚ ਕੋਈ ਕਰਦੇ ਆਪਸ 'ਚ ਲੜੇ ਆ ਇੱਥੇ ਸੀ ਆਈ ਏ ਸਟਾਫ ਦੇ ਗੇਟ ਦੇ ਬਾਹਰ ਬਾਹਰਲੇ ਬੰਨੇ ਸੜਕ 'ਤੇ ਇਹਨਾਂ ਨੂੰ ਇਹ ਲਿਜਾਣਾ ਕਿ ਸਾਰੇ ਦੇ ਅੰਦਰ ਵੜ ਕੇ ਸਾਨੂੰ 13-14 ਜਣ ਮੁੰਡਿਆਂ ਨੇ ਕੁੱਤੇ ਦੇ ਸਾਹਮਣੇ ਵੇਖ ਰਹੇ ਦੇਖੋ ਦਰਖਾਸਤ ਦਿੱਤੀ ਆ ਗੇਟ ਦੇ ਬਾਹਰ ਇੱਥੇ ਝਗੜੇ ਨੇ ਠੀਕ ਹੈ ਨਾ ਜੀ ਝਗੜੇ ਜੋ ਕਰਨ ਦੀ ਬੰਦੀ ਕਾਰਵਾਈ ਕੀਤੀ ਜਾਵੇ ਸੀਸੀਟੀਵੀ ਚੈੱਕ ਕੀਤੇ ਜਾਣਗੇ ਸਰ ਸਾਰਾ ਕੁਝ ਕੀਤਾ ਜਾਵੇਗਾ ਜੀ ਹਾਂਜੀ ਠੀਕ ਹੈ ਜੀ ਸੋ ਹੁਣ ਅੱਜ ਦੀਆਂ ਖਬਰਾਂ ਸਮਾਪਤ ਕਰਦੇ ਹਾਂ ਧੰਨਵਾਦ